ਮੈਂ ਵੀਰੇ ਢੈਬੀ ਪਿੰਡ ਤੋਂ ਜੋਧਾ ਏਰੀਏ 'ਚੋਂ ਅਤੇ ਮੈਂ ਰਾਹ 'ਚ ਜਿੰਨੇ ਵੀ ਪੈਟਰੋਲ ਪੰਪ ਦੇਖੇ ਸਾਰੇ ਜਵਾਬ ਸਾਰੇ ਹੀ ਮਨ੍ਹਾ ਕਰ ਰਿਹਾ ਤੇਲ ਪਾਉਣ ਨੂੰ, ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸੀ ਵੀ ਅੱਜ ਛੁੱਟੀ ਹੋਈ। ਰੇਡ ਕੇ ਲਿਆਈ ਹੋ ਮੋਟਰਸਾਈਕਲ? ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਅਤੇ ਮੈਂ ਉਹ ਮਿਹਨਤਾਂ ਵੀ ਕਰੀਆਂ ਪੈਟਰੋਲ, ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ 'ਤੇ ਜਾਣਾ ਵੀ 7 ਵਜੇ, 7 ਵਜੇ ਮੈਂ ਪਹੁੰਚਣਾ ਸੀ ਜੋਬ 'ਤੇ। ਹੁਣ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ। ਕੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ? ਪਹਿਲਾਂ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਹੈਗਾ, ਜਿੱਦਾਂ ਜੇ ਆਈਡੀਆ ਹੁੰਦਾ ਤਾਂ ਆਪਾਂ ਪਹਿਲਾਂ ਸੋਸ਼ਲ ਮੀਡੀਆ ਅਖਬਾਰਾਂ ਦੇਖੀਏ। ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ? ਹੁਣ ਅਸੀਂ 7 ਵਜੇ ਜੋਬ 'ਤੇ ਜਾਣਾ, 7 ਵਜੇ ਘਰੇ ਆ ਜਾਣਾ, ਜਾ ਕੇ ਘਰੇ ਸੌਂ ਜਾਣਾ, ਇੰਨਾ ਆਈਡੀਆ ਨਹੀਂ ਹੁੰਦਾ ਬੰਦੇ ਨੂੰ। ਜਾਂ ਤਾਂ ਪਿੰਡ ਪਿੰਡ ਗੁਰਦੁਆਰੇ ਅਨਾਊਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲੇ ਨੇ ਇੱਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ, ਕੰਮਾਂ ਕਾਰਾਂ ਵਾਲੇ ਬੰਦੇ ਪਰੇਸ਼ਾਨੀ ਪੂਰੀ ਹੈ ਜੀ। ਅਟੈਂਡੈਂਸ ਕੱਟ ਦੇਣੀ ਉਹਨਾਂ ਨੇ, ਸੈਲਰੀ ਕੱਟ ਦੇਣਗੇ, ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇ ਗਏ ਕੰਮ? ਪੂਰੇ ਲੇਟ ਆ ਜੀ। ਸਰ ਤੇਲ ਪਵਾਉਣ ਆਏ ਸੀ, ਮਿਲ ਗਿਆ ਤੇਲ? ਤੇਲ ਭਾਅ ਜੀ ਕਿੱਥੇ ਮਿਲਿਆ, ਮਗਰੋਂ ਵੀ ਸਾਰੇ ਪੰਪ ਬੰਦ ਆ, ਸਾਰੇ ਬੰਦ ਆ, ਟੋਟਲੀ ਜਾਣ ਗਏ 2 ਦਿਨ ਇਹਨਾਂ ਨੂੰ ਭਾਅ ਜੀ ਪਹਿਲਾਂ ਜਾਣੀ ਕਿ ਦੱਸਣਾ ਚਾਹੀਦਾ ਵਾ। 2 ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਅਨਾਊਂਸਮੈਂਟ ਕੀਤੀ ਸੀ, ਲੱਗਦਾ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਪੰਪ ਨਹੀਂ ਭਾਅ ਜੀ, ਉਹ ਇਹਨਾਂ ਨੇ ਕੱਲ੍ਹ ਹੀ ਜਾਣ ਕੇ ਆਪਣੇ ਨੇੜੇ ਦੇ ਵਿੱਚ ਪਾਈ ਸੀਗੀ ਅਤੇ 2-3 ਦਿਨ ਪਹਿਲਾਂ ਦੱਸਿਆ ਉਹਦਾ ਚੱਲ ਬੰਦਾ ਉਹ ਜਿਹਾ ਹੱਲ ਕਰ ਲੈਂਦਾ। ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਕੰਮਾਂ 'ਤੇ ਜਾਂਦੇ, ਸਾਹ ਬਣਾਉਂਦੇ ਆ, ਕਈ ਵਾਰ ਨਹੀਂ ਧਿਆਨ ਦਿੰਦਾ ਜੀ, ਤੁਹਾਨੂੰ ਪਤਾ ਜੀ। ਹੁਣ ਔਖਾ ਆਉਣ ਵਾਲੇ ਬੰਦੇ ਨੂੰ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ, ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਅ ਜੀ, ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿਤੇ ਨੂੰ ਜਾਈਏ, ਰੋੜ ਕੇ ਲੈ ਕੇ ਜਾਣੇ ਪੈਣੇ ਆ ਜੀ। ਕੀ ਲੱਗਦਾ ਪਹਿਲਾਂ ਅਲਰਟ ਕੀਤਾ ਸੀ, ਧਿਆਨ ਨਹੀਂ ਦਿੱਤਾ ਤੁਸੀਂ? ਚਲੋ ਭਾਅ ਜੀ ਇਹਨਾਂ ਨੇ ਕੀਤਾ ਹੋਊਗਾ, ਗੌਰਮੈਂਟ ਨੇ ਪਹਿਲਾਂ ਚਲੋ ਨਹੀਂ ਸਾਡਾ ਧਿਆਨ ਸੀਗਾ, ਪਰ 2-3 ਦਿਨ ਪਹਿਲਾਂ ਜਾਣ ਕੇ ਇਹਨਾਂ ਨੂੰ ਮਾੜਾ ਮੋਟਾ ਕਰਨਾ ਚਾਹੀਦਾ। ਹੁਣ ਆਮ ਬੰਦੇ ਦਾ ਨਹੀਂ ਧਿਆਨ ਪੈਂਦਾ ਜੀ, ਹੁਣ ਖੱਜਲ ਖੁਆਰੀ ਹੋ ਰਹੀ ਹੈ, ਬਹੁਤ ਜ਼ਿਆਦਾ ਹੋ ਰਹੀ ਹੈ ਭਾਅ ਜੀ, ਹੁਣ ਜਾਈਏ ਕਿਤੇ ਨੂੰ 15 ਕਿਲੋਮੀਟਰ ਦੌੜ ਕੇ ਲੈ ਕੇ ਜਾਣਾ ਪੈਣਾ ਜੀ। ਗਰੇਵਾਲ ਜੀ, ਗਰੇਵਾਲ ਸਾਹਿਬ ਤੇਲ ਪਵਾਉਣ ਆਏ ਹੋ, ਕੀ ਕਹਿੰਦੇ ਨੇ ਪੰਪ ਵਾਲੇ? ਪੰਪ ਵਾਲੇ ਇਹ ਕਹਿੰਦੇ ਵੀ ਪੰਪ ਅੱਜ ਬੰਦ ਆ ਐਤਵਾਰ ਕਰਕੇ, ਸੰਡੇ ਕਰਕੇ। ਵੈਸੇ ਮੇਰਾ ਪਿੰਡ ਧਾਂਦਰਾ ਵਾ, ਪਹਿਲਾਂ ਧਾਂਦਰੇ ਪਿੰਡ ਤੋਂ ਹੀ ਪਵਾਲਣਾ ਤੇਲ, ਦੁੱਗੀ ਧਾਂਦਰਾ ਪਿੰਡ ਆ, ਧਾਂਦਰੇ ਪਿੰਡ ਤੋਂ ਹੀ ਵੈਸੇ ਮੈਂ ਪਵਾਲਣਾ, ਅੱਗੇ ਮੈਂ ਟੈਂਕੀ ਫੁੱਲ ਕਰਾਈ ਸੀ, ਇਸ ਕਰਕੇ ਵੀ ਇਹ ਪਤਾ ਤਾਂ ਮੈਨੂੰ ਸੀਗਾ ਵੀ ਕਹਿੰਦੇ ਬੰਦ ਕਰਨਾ ਇਹਨਾਂ ਨੇ, ਪਰ ਇਹ ਇਹਨਾਂ ਦੀ ਮਜਬੂਰੀ ਹੋਣ ਦੇ ਤਾਰ ਨੇ ਇਹਨਾਂ ਨੂੰ, ਮੈਂ ਕਹਿਣਾ ਚਾਹੁੰਦਾ ਵੀ ਪੰਪ ਵਾਲਿਆਂ ਨੂੰ ਵੀ ਪੰਪ ਖੁੱਲ੍ਹਣਾ ਚਾਹੀਦਾ, ਵੀ ਬੰਦ ਨਹੀਂ ਹੋਣਾ ਚਾਹੀਦਾ, ਆਮ ਜਨਤਾ ਨੂੰ ਤੰਗ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਸਾਰੇ ਪਾਸੇ ਜਿਹੜੇ ਕੰਪਨੀਆਂ ਨੂੰ ਛੁੱਟੀ ਦਿੱਤੀ ਜਾਂਦੀ, ਅਸੀਂ ਵੀ ਇੱਕ ਛੁੱਟੀ ਲੈਣੀ ਚਾਹੁੰਦੇ ਹਾਂ। ਇੱਕ ਛੁੱਟੀ ਦੀ ਗੱਲ ਨਹੀਂ, ਗੱਲ ਹੈ ਵੀ ਸਾਰਾ ਹੁਣ ਜਿੰਨਾ ਨਿੰਗਣਾ ਉਹਨਾਂ ਨੇ ਤੇਲ ਪਵਾਉਣਾ ਹੀ ਪਵਾਉਣਾ। ਲੋਕ ਪਰੇਸ਼ਾਨ ਨੇ, ਲੋਕ ਬਾਹਲੇ ਪਰੇਸ਼ਾਨ ਨੇ, ਪਬਲਿਕ ਪਰੇਸ਼ਾਨ ਹੈ, ਸਰਕਾਰ ਹੀ ਪਰੇਸ਼ਾਨ ਆ, ਸਰਕਾਰ ਹੀ ਹੈ ਨਿਕੰਮੀ ਸਰਕਾਰ ਆ, ਇਹ ਨਿਕੰਮੀ ਸਰਕਾਰ ਹੈ, ਨਿਕੰਮੀ। ਡਿਮਾਂਡ ਸੈਂਟਰ ਸਰਕਾਰ ਪੂਰੀ ਕਿਉਂ ਨਹੀਂ ਕਰਦੀ? ਇਹ ਸੈਂਟਰ ਸਰਕਾਰ ਦਾ ਕਸੂਰ ਆ, ਇਹ ਸੈਂਟਰ ਸਰਕਾਰ ਦਾ ਕਸੂਰ ਆ, ਇਹ ਵੱਡਾ ਕਸੂਰ ਆ ਇਹਦਾ, ਜਿਹੜੇ ਵੱਡੇ ਵੱਡੇ ਬੈਠੇ ਹੋ ਉਹਨਾਂ ਨੂੰ ਨਹੀਂ ਕਰਦੇ, ਉਹਨਾਂ ਨੂੰ ਨਹੀਂ ਕਹਿ ਰਹੇ, ਉਹਨਾਂ ਨੂੰ ਕਿਉਂ ਨਹੀਂ ਕਹਿ ਰਹੇ? ਹਾਂਜੀ ਸਰ, ਸ਼ੁਭ ਨਾਮ। ਰਣਜੀਤ ਸਿੰਘ ਗਾਂਧੀ। ਸਰ ਕਿਤੇ ਨਾ ਕਿਤੇ ਅੱਜ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਸੀ, ਲੋਕ ਫਿਰ ਵੀ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਚੱਲਿਆ ਤਾਂ ਪਰੇਸ਼ਾਨ? ਦੇਖੋ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਇੰਟੀਮੇਟ ਕਰ ਰਹੇ ਹਾਂ, ਇਹ ਤਾਂ ਹੁਣ ਹਮੇਸ਼ਾ ਹੀ ਹੁੰਦਾ 100% ਤਾਂ ਕਿਸੇ ਨੂੰ ਨਹੀਂ ਪਤਾ ਲੱਗਦਾ। ਲੱਗਦਾ ਸਰ ਕੁਛ ਮੰਗਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੇਟ ਹੈ ਉਹ ਬਰਕਰਾਰ ਹੈ, ਪਰ ਇਹ ਕਾਲ ਜਿਹੜੀ ਹੈ ਰੱਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ? ਰੱਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ, ਸਾਡੀ ਤਿਆਰੀ ਕਰੀਬਨ 1 ਮਹੀਨੇ ਤੋਂ ਹੋ ਰਹੀ ਸੀ, ਇਹ ਹੁਣ ਅਸੀਂ ਡਿਸਾਈਡ ਕੀਤਾ ਹੈ, ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ, ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ। ਕਿੰਨੇ ਕੁ ਸਮੇਂ ਲਈ ਜਿਹੜਾ ਬੰਦ ਰਹੂਗਾ? ਇਹ ਖਾਲੀ ਸਿਰਫ ਸੰਡੇ ਛੁੱਟੀ ਹੈ, ਕੋਈ ਸਟ੍ਰਾਈਕ ਨਹੀਂ ਹੈ, ਕੋਈ ਬੰਦ ਨਹੀਂ ਹੈਗੀ, ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ। ਐਮਰਜੈਂਸੀ ਸੇਵਾਵਾਂ ਚੱਲਣਗੀਆਂ? ਉਹ ਚੱਲਦੀਆਂ ਪਈਆਂ ਨੇ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ।
ਸਰ ਕੁਝ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਖੁੱਲੇ ਹੋਏ ਨੇ ਤਾਂ ਉਸ ਨੂੰ ਲੈ ਕੇ ਤੁਹਾਡੀ ਐਸੋਸੀਏਸ਼ਨ ਸੜਕਾਂ ਤੇ? ਅਸੀਂ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਆ ਜੀ, ਮਤਲਬ ਜੇ ਇੱਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕੁਐਸਟ ਕਰਕੇ ਉਹ ਬੰਦ ਕਰਾ ਰਹੇ ਹਾਂ। ਸਾਨੂੰ ਲੱਗਦਾ ਨਹੀਂ ਬੇਸਿਕਲੀ ਜੇ ਸ਼ਹਿਰ ਦੇ ਵਿੱਚ ਜੇ 408 ਪੈਟਰੋਲ ਪੰਪ ਨੇ ਉਹ 'ਚੋਂ ਜੇ 1-2 ਪੰਪ ਹੈਗਾ ਖੁੱਲ੍ਹੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਹਾਂ ਜੀ। ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ, ਸਾਰੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਹਾਂ। ਸਾਡੇ ਪਿੰਡਾਂ ਵਾਲੇ ਨੌਜਵਾਨ ਹੁਣ ਮੋਟਰਸਾਈਕਲ ਰੇੜ ਕੇ ਲਿਆਏ, ਉਹ ਕਹਿੰਦੇ ਸਾਨੂੰ ਪਤਾ ਨਹੀਂ ਡਿਊਟੀ 'ਤੇ ਜਾਈਦਾ, ਰਾਤ ਨੂੰ ਆਈਦਾ, ਅਸੀਂ ਧਿਆਨ ਨਹੀਂ ਦਿੱਤਾ, ਪਰ ਹੁਣ ਰਿਕੁਐਸਟ ਕਰ ਰਹੇ ਨੇ, ਕਹਿੰਦੇ ਤੇਲ ਪਾ ਦਿਓ ਨਹੀਂ ਅਟੈਂਡਰ ਕੱਟੀ ਜਾਏਗੀ। ਅਸੀਂ ਨਾ 15 ਦਿਨ ਪਹਿਲਾਂ ਨਾ ਸਾਡੇ ਸਾਰੇ ਪੈਟਰੋਲ ਪੰਪਾਂ 'ਤੇ ਨਾ ਜੀ ਬੈਨਰ ਲੱਗ ਗਏ ਜੀ, ਸ਼ਾਇਦ ਤੁਸੀਂ ਉੱਥੇ ਦੇਖ ਵੀ ਸਕਦੇ ਹੋ, ਹਰ ਪੈਟਰੋਲ ਪੰਪ ਦੇ ਉੱਤੇ ਬੈਨਰ ਲੱਗੇ ਹੋਏ ਆ, ਅਤੇ ਤੁਹਾਡੇ ਰਾਹੀਂ ਵੀ ਅਸੀਂ ਸਾਰਿਆਂ ਨੂੰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਲੋਕਾਂ ਨੂੰ ਹੁਣ ਜਿਹਨਾਂ ਨੂੰ ਨਹੀਂ ਇਹ ਤਾਂ ਹੁਣ ਜਾਣ ਕੇ ਕਰਨ ਵਾਲਾ ਕੰਮ ਹੈ ਜੀ। ਸਹੀ ਮੈਨੂੰ ਜੀ ਕੀ ਲੱਗਦਾ ਹੁਣ ਜਿਹੜੇ ਇੱਥੇ ਕਰਿੰਦੇ ਨੇ ਉਹ ਬਲੈਕ ਵੀ ਕਰ ਸਕਦੇ ਨੇ ਚੋਰੀ ਛੱਪੇ? ਨਹੀਂ ਨਹੀਂ ਇੱਦਾਂ ਦਾ ਕੁਛ ਨਹੀਂ ਹੈ ਜੀ, ਇੱਦਾਂ ਦਾ ਕੁਛ ਵੀ ਨਹੀਂ ਹੈ ਜੀ, ਕੋਈ ਦਿੱਕਤ ਨਹੀਂ ਹੈ।